جائی کے من رسیدم امکان نہ ہیچ کسرا شہباز لا مکانم آنجا کجا مگسرا. You are watching Sultan Bahoo TV. بسم اللہ الرحمن الرحیم. اللہم صلی علی محمد و آل محمد. السلام علیکم. ਅਸੀਂ ਜਦੋਂ ਤਲਕੀਨੋ ਅਰਸ਼ਾਦ ਦਾ ਕੰਮ ਸ਼ੁਰੂ ਕੀਤਾ ਜੀ, ਜਿਸ ਤਰ੍ਹਾਂ ਤਾਲਬੇ ਮੌਲਾ ਦੀਆਂ ਡਿਊਟੀਆਂ ਹੁੰਦੀਆਂ ਨੇ, ਉਸ ਤਰ੍ਹਾਂ ਮੁਰਸ਼ਦ ਦੀਆਂ ਵੀ ਡਿਊਟੀਆਂ ਹੁੰਦੀਆਂ ਨੇ. ਅਸੀਂ ਉਹ ਤਲਕੀਨੋ ਅਰਸ਼ਾਦ ਦੇ ਕੰਮ ਦੇ ਉੱਤੇ ਜੀ ਕੁਛ ਅਰਸਾ ਲਾਇਆ, ਔਰ 2005 'ਚ ਅਸੀਂ ਇੱਕ ਤਬਲੀਗੀ ਦੌਰਾ ਵੀ ਕੀਤਾ. ਉਸ ਤੋਂ ਬਾਅਦ ਅਸੀਂ ਤਸਰੀਫੋ ਤਾਲੀਫ 'ਚ ਮਸਰੂਫ ਹੋ ਗਏ, ਜਿਹਦੇ ਵਿੱਚ ਅਹਿਮ ਤਰੀਨ ਦੋ ਡਿਊਟੀਆਂ ਸਨ ਸਾਡੀਆਂ. ਨੰਬਰ ਇੱਕ, ਫਕਰ ਦੀ ਤਾਲੀਮਾਤ ਨੂੰ ਇੱਕੋ ਜਗ੍ਹਾ ਜਮ੍ਹਾਂ ਕਰ ਦਿੱਤਾ ਜਾਵੇ, ਔਰ ਸਭ ਤੋਂ ਅਹਿਮ ਡਿਊਟੀ ਸਾਡੀ ਇਹ ਸੀ ਕਿ ਹਜ਼ੂਰ ਸੁਲਤਾਨ ਸਾਹਿਬ ਤੱਕ ਸਿਲਸਿਲਾ ਸਰਵਰੀ ਕਾਦਰੀ ਸਾਰੀ ਦੁਨੀਆ 'ਚ ਮੁਤਫਿਕਾ ਲਾਏ. ਉਸ ਹਜ਼ੂਰ ਸੁਲਤਾਨ ਸਾਹਿਬ ਤੋਂ ਬਾਅਦ ਉਹਦੇ 'ਚ ਸੀਨਾ ਬਸੀਨਾ 'ਤੇ ਚੱਲਦਾ ਰਿਹਾ, ਲੇਕਿਨ ਲੋਕਾਂ ਨੂੰ ਕੋਈ ਦੁਨੀਆ 'ਚ ਮਾਲੂਮ ਨਹੀਂ ਸੀ. ਅਸੀਂ ਇੱਕ ਕਿਤਾਬ ਹਜ਼ੂਰ ਸੁਲਤਾਨ ਸਾਹਿਬ ਤੋਂ ਲੈ ਕੇ ਅਤੇ ਆਖਰੀ ਮਸ਼ਾਇਖ ਤੱਕ, ਆਖਰੀ ਆਪਣੇ ਹਜ਼ੂਰ ਤੱਕ ਲਿਖੀ, ਅਤੇ ਉਹ 'ਚ ਸਾਬਤ ਕੀਤਾ ਕਿ ਹਜ਼ੂਰ ਸੁਲਤਾਨ ਸਾਹਿਬ ਤੋਂ ਬਾਅਦ ਸਿਲਸਿਲਾ ਇਸ ਤਰ੍ਹਾਂ ਚੱਲਿਆ. ਫਿਰ ਸਾਨੂੰ ਹੁਕਮ ਹੋਇਆ ਕਿ ਇਹਨੂੰ ਅਮਲੀ ਤੌਰ 'ਤੇ ਵੀ ਜ਼ਰਾ ਸਾਬਤ ਕੀਤਾ ਜਾਵੇ. ਅਸੀਂ ਅਹਿਮਦਪੁਰ ਸ਼ਰਕੀਆ ਚੱਲੇ ਗਏ ਜੀ. ਉੱਥੇ ਹਜ਼ੂਰ ਸੁਲਤਾਨ ਸਾਹਿਬ ਤੋਂ ਬਾਅਦ ਸਿਲਸਿਲਾ ਸਰਵਰੀ ਕਾਦਰੀ ਦੇ ਸ਼ੇਖ ਕਾਮਲ ਸੁਲਤਾਨ ਉਲ ਤਾਰਕੀਨ ਹਜ਼ਰਤ ਸਖੀ ਸੁਲਤਾਨ ਸੈਯਦ ਮੁਹੰਮਦ ਅਬਦੁੱਲਾ ਸ਼ਾਹ ਮਦਨੀ ਜਲਾਨੀ ਰਹਿਮਤੁੱਲਾ ਅਲੈਹ ਦੇ ਦਰਬਾਰ ਨੂੰ, ਜਿਹੜਾ ਕਿ ਗਿਰਿਆ ਸੀ, ਉਹਨੂੰ ਦੁਬਾਰਾ ਤਬੀਰ ਕੀਤਾ, ਅਤੇ ਉੱਥੇ ਉਰਸ ਪਾਕ ਮੁਨੱਕਦ ਕੀਤਾ. ਅਤੇ ਅਸੀਂ ਤਕਰੀਬਨ 12 'ਚ ਹੀ ਸਾਡਾ ਕੰਮ ਮੁਕੰਮਲ ਹੋ ਗਿਆ ਸੀ. ਹੁਣ ਇਸ ਵਕਤ ਪੂਰੀ ਦੁਨੀਆ ਦੇ ਅੰਦਰ ਇਹ ਲੋਕਾਂ ਨੂੰ ਮਾਲੂਮ ਹੋ ਚੁੱਕਿਆ ਹੈ ਕਿ ਸਿਲਸਿਲਾ ਸਰਵਰੀ ਕਾਦਰੀ ਹਜ਼ੂਰ ਸੁਲਤਾਨ ਸਾਹਿਬ ਤੋਂ ਬਾਅਦ ਕਿਸ ਤਰ੍ਹਾਂ ਚੱਲਿਆ. ਪੂਰੀ ਦੁਨੀਆ ਹੁਣ ਇਹ ਜਾਣ ਚੁੱਕੀ ਹੈ ਸਾਡੀਆਂ ਵੈਬਸਾਈਟਾਂ ਦੇ ਜ਼ਰੀਏ, ਕਿਤਾਬਾਂ ਉਰਦੂ ਇੰਗਲਿਸ਼ ਦੇ ਜ਼ਰੀਏ, ਕਿ ਹਜ਼ੂਰ ਸੁਲਤਾਨ ਸਾਹਿਬ ਤੋਂ ਬਾਅਦ ਇਹ ਸਿਲਸਿਲਾ ਕਿਸ ਤਰ੍ਹਾਂ ਚੱਲਿਆ. ਕਿਉਂਕਿ ਉਹ ਡਿਊਟੀ ਸਾਡੀ ਸੀ, ਅਸੀਂ ਸਾਰੇ ਅੰਜਾਮ ਦੇ ਚੁੱਕੇ ਸੀ ਕਾਮਯਾਬੀ ਨਾਲ, ਤੋ ਖਤਮ ਹੋ ਗਈ ਅਤੇ ਸਾਨੂੰ ਇਹ ਹੁਕਮ ਹੋਇਆ ਹੁਣ ਆਪਣਾ ਵੀ ਕੋਈ ਆਸਰਾ ਕਰੋ ਜੀ. ਅਸੀਂ ਜਨਾਬ ਨਿਕਲੇ, ਕਾਫੀ ਦੇਰ ਤੋਂ ਅਸੀਂ ਇੱਕ ਸਾਥੀ ਦਾ ਇੰਤਜ਼ਾਰ ਕਰ ਰਹੇ ਸੀ ਕਿ ਆ ਜਾਵੇ ਸਾਡੇ ਕੋਲ, ਕਿ ਉਹਨਾਂ ਦੀ ਫੈਮਿਲੀ ਦੀ ਅਕਸਰ ਖਵਾਤੀਨ ਸਾਡੇ ਕੋਲ ਸਨ, ਉਹਨਾਂ ਦੇ ਅਹਿਲੇ ਖਾਨਾ ਵੀ ਸਾਡੇ ਬੈਠ ਸਨ. ਅਸੀਂ ਕਾਫੀ ਦੇਰ ਇੰਤਜ਼ਾਰ ਕਰਦੇ ਰਹੇ, ਲੇਕਿਨ ਉਹ ਸਾਡੇ ਕੋਲ ਨਾ ਆਏ ਜੀ, ਅਤੇ ਸਾਨੂੰ ਖੁਦ ਅਵਤਾਰ ਪਾਰਟੀਆਂ ਦਾ ਬਹਾਨਾ ਬਣਾ ਕੇ ਨਿਕਲਣਾ ਪਿਆ. ਪਹਿਲੀ ਅਵਤਾਰ ਪਾਰਟੀ ਅਸੀਂ ਉਸ ਸਾਥੀ ਦੇ ਘਰ ਹੀ ਕੀਤੀ ਜੀ, ਲੇਕਿਨ ਉਹ ਸਾਥੀ ਸਾਡੇ ਨਾਲ ਤਾਂ ਚੱਲਦੇ ਰਹੇ, ਲੇਕਿਨ ਸਾਡੇ ਫਿਰ ਵੀ ਕਾਬੂ ਨਾ ਆਏ ਜੀ. ਅਸੀਂ ਫਿਰ ਅਗਲੀ ਅਵਤਾਰ ਪਾਰਟੀ ਜਾਣਦੇ ਹੋਣਗੇ ਮੋਈਜ਼ ਨੂੰ, ਉਹਨਾਂ ਦੇ ਘਰ ਕੀਤੀ ਜੀ. ਫਿਰ ਉਹ ਸਾਥੀ ਸਾਡੇ ਨਾਲ ਉੱਥੇ ਪਹੁੰਚੇ ਜ਼ਰੂਰ, ਲੇਕਿਨ ਹੱਥ ਨਾ ਆਏ ਜੀ. ਫਿਰ ਅਸੀਂ ਜਨਾਬ ਅਗਲੀ ਅਵਤਾਰ ਪਾਰਟੀ ਉਹਨਾਂ ਦੀ ਸਿਸਟਰ ਇਨ ਲਾ ਦੇ ਘਰ ਕੀਤੀ ਜੀ, ਬੈਰੀਆ ਟਾਊਨ. ਫਿਰ ਵੀ ਸਾਡੇ ਹੱਥ ਨਹੀਂ ਆਏ ਜੀ. ਆਖਰੀ ਅਵਤਾਰ ਪਾਰਟੀ ਬਾਈ ਮੁਹੰਮਦ ਅਮਰ ਯਹੀਆ ਸਾਹਿਬ ਦੇ ਘਰ ਸੀ. ਬਾਈ ਮੁਹੰਮਦ ਅਮਰ ਯਹੀਆ ਸਾਹਿਬ ਦੇ ਘਰ ਵਾਲੇ ਸਾਡੇ ਕਾਫੀ ਅਰਸੇ ਤੋਂ ਬੈਠ ਸਕਦੇ. ਉੱਥੇ ਪਾਰਟੀ ਖਤਮ ਹੋ ਗਈ ਜੀ, ਅਵਤਾਰ ਹੋ ਗਿਆ, ਨਮਾਜ਼ ਹੋ ਗਈ, ਵਿਹਲੇ ਹੋ ਗਏ, ਚਾਹ ਪੱਕ ਰਹੀ ਸੀ ਬੈਡਰੂਮ 'ਚ ਬੈਠੇ. ਅਖੀਰ ਸਾਡੇ ਕਾਬੂ ਆ ਗਏ, ਅਸੀਂ ਇਹਨਾਂ ਨੂੰ ਉੱਥੋਂ ਲੈ ਕੇ ਆ ਗਏ. ਠੀਕ ਹੈ ਜੀ, ਅਸੀਂ ਉੱਥੇ ਜਦੋਂ ਇਹਨਾਂ ਨੂੰ ਲੈ ਆਉਂਦਾ ਜੀ, ਅਤੇ ਇਹਨਾਂ ਨੂੰ ਆਪਣਾ ਪ੍ਰੋਜੈਕਟ ਸੁਲਤਾਨੁਲ ਆਸ਼ਕੀਨ
ਖਾਨਕਾ ਸਾਡੀ ਆਖਰੀ ਆਰਾਮਗਾਹ ਔਰ ਮਸਜਿਦ ਜ਼ਹਰਾ ਦਾ ਪ੍ਰੋਜੈਕਟ ਇਹਨਾਂ ਨੂੰ ਦਿੱਤਾ ਕਿ ਤੁਸੀਂ ਕਰਨਾ ਹੈ ਔਰ ਇਹਨਾਂ ਕੋਲ ਆਉਂਦਿਆਂ ਨਾਲ ਪਹਿਲਾਂ ਹੀ ਤਕਰੀਰ ਕਰਵਾ ਲਈ ਉਹਦੇ ਉੱਤੇ ਮੇਰੇ ਖਿਆਲ ਕਿਸੇ ਪਬਲਿਕ ਮੁਕਾਮ 'ਤੇ ਉਹਨਾਂ ਦੀ ਪਹਿਲੀ ਤਕਰੀਰ ਸੀ ਇਹਨਾਂ ਦੀ ਹੁਸਨੇ ਇਖਲਾਕ ਦੀ ਵਜ੍ਹਾ ਨਾਲ ਉਸੇ ਸਾਲ ਤਰੀਕ 10 ਦੇ ਫਕਰ ਨੇ ਬਜ਼ਰੀਆ ਇੰਤਖਾਬ ਇਹਨਾਂ ਨੂੰ ਮੁੰਤਜ਼ਮ ਆਲਾ ਮੁੰਤਖਬ ਕਰ ਲਿਆ ਅਤੇ ਸਾਨੂੰ ਵੀ ਐਸਾ ਹੀ ਸਾਥੀ ਚਾਹੀਦਾ ਸੀ ਜਿਹੜਾ ਸਾਡਾ ਸਿਰ ਨਾ ਖਾਵੇ ਜੀ ਜੋ ਪ੍ਰੋਜੈਕਟ ਦੇ ਦੇਈਏ ਉਹਨੂੰ ਲੈ ਕੇ ਚੱਲਦਾ ਰਹੇ ਉਹਨੂੰ ਉਸ 'ਤੇ ਸਾਡੀ ਰਜ਼ਾ ਨੂੰ ਸਮਝੇ ਆਪਣਾ ਚੱਲਦਾ ਰਹੇ ਅੱਲਾ ਪਾਕ ਦੇ ਫਜ਼ਲ ਨਾਲ ਇਹਨਾਂ ਨੇ ਤਹਿਰੀਕ ਨੂੰ ਉਸੇ ਤਰ੍ਹਾਂ ਚੇਂਜ ਕਰ ਦਿੱਤਾ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀ ਤਹਿਰੀਕ ਦਾ ਫਕਰ ਗੱਲਾਂ ਬਾਤਾਂ 'ਚੋਂ ਨਿਕਲ ਕੇ ਅਮਲੀ ਮੈਦਾਨ 'ਚ ਆ ਗਈ ਔਰ 2 ਸਾਲ ਦੇ ਅੰਦਰ ਅੰਦਰ ਇਹਨਾਂ ਨੇ ਤਹਿਰੀਕ ਨੂੰ ਉੱਥੇ ਪਹੁੰਚਾ ਦਿੱਤਾ ਜਿੱਥੇ ਪਹਿਲੇ ਤਹਿਰੀਕ 7-8-10 ਸਾਲ 'ਚ ਪਹੁੰਚੀ ਸੀ ਅਤੇ ਅਸੀਂ ਅੱਜ ਉਹਨਾਂ ਨੂੰ ਜੀ ਸਿਲਸਿਲਾ ਸਰਵਰੀ ਕਾਦਰੀ ਜਿਹੜਾ ਹਜ਼ੂਰ ਅੱਲਾਹ ਤਾਲਾ ਤੋਂ ਸ਼ੁਰੂ ਹੁੰਦਾ ਅਤੇ ਸ਼ੇਖ ਅਬਦੁਲ ਕਾਦਰ ਜਲਾਨੀ ਤੱਕ ਪਹੁੰਚਦੇ ਹੋਇਆ ਹਜ਼ੂਰ ਸੁਲਤਾਨ ਸਾਹਿਬ ਆਦਿ ਤੱਕ ਆਉਂਦਾ ਹੈ ਉਸ ਤੋਂ ਬਾਅਦ ਮੇਰੇ ਹਜ਼ੂਰ ਤੱਕ ਆਉਂਦਾ ਹੈ ਫਿਰ ਅਸੀਂ ਆਪਣੀ ਖਿਲਾਫਤ ਜੀ ਉਹਨਾਂ ਨੂੰ ਅੱਜ ਅਤਾ ਕਰਨੇ ਹਾਂ ਜੀ ਆਪਣੀ ਦਸਤਾਰ ਉਤਾਰ ਕੇ ਉਹਨਾਂ ਦੇ ਸਿਰ 'ਤੇ ਰੱਖਣੇ ਹਾਂ ਜੀ ਔਰ ਅੱਲਾਹ ਪਾਕ ਦੀ ਬਾਰਗਾਹ 'ਚ ਦੁਆਗੋ ਹੈ ਜੀ ਅੱਲਾਹ ਪਾਕ ਉਹਨਾਂ ਨੂੰ ਇਸਤਕਾਮਤ ਦੇਵੇ ਉਹਨਾਂ ਦਾ ਨੂਰ ਮੁਕੰਮਲ ਕਰੇ ਉਹਨਾਂ ਨੂੰ ਕਾਮਯਾਬ ਕਰੇ ਜੀ ਮੁਹੰਮਦ ਨਈਮ ਅੱਬਾਸ ਸਾਹਿਬ ਜੀ ਸਾਡੇ ਇੱਕ ਬਹੁਤ ਪੁਰਾਣੇ ਸਾਥੀ ਨੇ ਇਬਤਦਾਈ ਦੌਰ ਦੇ ਜੀ ਉਹਨਾਂ ਨੇ ਸਾਡੇ ਵਾਸਤੇ ਬਹੁਤ ਕੁਰਬਾਨੀਆਂ ਦਿੱਤੀਆਂ ਤਕਲੀਫਾਂ ਬਰਦਾਸ਼ਤ ਕੀਤੀਆਂ ਘਰ ਬਾਰ ਛੱਡਣਾ ਪਿਆ ਮਾਲੀ ਕੁਰਬਾਨੀਆਂ ਦਿੱਤੀਆਂ ਔਰ ਹਰ ਵਕਤ ਹਰ ਲੰਮੇ ਸਾਡੇ ਨਾਲ ਰਹੇ ਔਰ ਕਿਸੇ ਟਾਈਮ ਵੀ ਸਾਡਾ ਸਾਥ ਨਹੀਂ ਛੱਡਿਆ ਨਾ ਪੈਸੇ ਦੀ ਪਰਵਾਹ ਕੀਤੀ ਪੈਸੇ ਨੂੰ ਠੁਕਰਾ ਦਿੱਤਾ ਔਰ ਵੈਸੇ ਬੰਦਾ ਤਾਂ ਬਸ਼ਰ ਹੈ ਬਸ਼ਰ ਕੋਲ ਤਾਂ ਗਲਤੀਆਂ ਹੁੰਦੀਆਂ ਨੇ ਬਸ਼ਰ ਗਲਤੀ ਨਾ ਕਰੇ ਤਾਂ ਇਨਸਾਨ ਨਹੀਂ ਹੈਗਾ ਯਾਦ ਰੱਖਣਾ ਅਸੀਂ ਅੱਜ ਉਹਨਾਂ ਨੂੰ ਵੀ ਆਪਣੀ ਖਿਲਾਫਤ ਦੇਣੇ ਹਾਂ ਜੀ ਅਤੇ ਔਰ ਅੱਲਾਹ ਪਾਕ ਤੋਂ ਦੋਨਾਂ ਵਾਸਤੇ ਵੀ ਦੁਆ ਕਰਨੇ ਹਾਂ ਜੀ ਅੱਲਾਹ ਪਾਕ ਉਹਨਾਂ ਨੂੰ ਕਾਮਯਾਬ ਕਰੇ ਔਰ ਇਸਤਕਾਮਤ ਦੇਵੇ ਨਾਸਰ ਹਮੀਦ ਸਾਹਿਬ ਜੀ ਇਹਨਾਂ ਦੋਨਾਂ ਨੂੰ ਮੁਬਾਰਕ ਹੋਵੇ ਜੀ ਅੱਲਾਹ ਪਾਕ ਇਹਨਾਂ ਨੂੰ ਕਾਮਯਾਬ ਕਰੇ ਅਤੇ ਸਾਡੀ ਜ਼ਿੰਦਗੀ 'ਚ ਇਹਨਾਂ ਦਾ ਨੂਰ ਮੁਕੰਮਲ ਕਰੇ ਅਤੇ ਅੱਲਾਹ ਪਾਕ ਇਹਨਾਂ ਦੀ ਤਰਬੀਅਤ ਅੱਛੀ ਤਰੀਕੇ ਨਾਲ ਕਰੇ ਔਰ ਇਹਨਾਂ ਨੂੰ ਸਿਲਸਿਲਾ ਸਰਵਰੀ ਕਾਦਰੀ ਨੂੰ ਸਹੀ ਤਰੀਕੇ ਨਾਲ ਚਲਾਉਣ ਦੀ ਤੋਫੀਕ ਅਤਾ ਫਰਮਾਏ ਜੀ।